ਖਬਰ ਲੈਂਦੇ ਹਾਂ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਪੁਲਿਸ ਨੇ ਸਿਵਲ ਲਾਈਨ ਏਰੀਏ ਵਿੱਚ 3 ਮਸਾਜ ਸੈਂਟਰਾਂ 'ਤੇ ਛਾਪੇਮਾਰੀ ਕੀਤੀ ਹੈ। ਉੱਥੋਂ ਪੁਲਿਸ ਨੂੰ ਮਿਲੀ ਹੈ ਵੱਡੀ ਕਾਮਯਾਬੀ। 13 ਲੜਕਿਆਂ ਦੇ ਨਾਲ 12 ਕੁੜੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ 'ਤੇ ਬਦਕਾਰੀ ਦੇ ਮਾਮਲੇ ਦਰਜ ਕੀਤੇ ਗਏ ਨੇ। ਫੜੀਆਂ ਹੋਈਆਂ ਕੁੜੀਆਂ ਵਿੱਚੋਂ 8 ਕੁੜੀਆਂ ਵਿਦੇਸ਼ ਤੋਂ ਟੂਰਿਸਟ ਵੀਜ਼ੇ 'ਤੇ ਭਾਰਤ ਆਈਆਂ ਹੋਈਆਂ ਸੀ। ਪੁਲਿਸ ਨੇ ਰੂਪਾ ਸੈਂਟਰ ਦੇ ਮਾਲਕ ਦੇ ਸਹਿਤ ਹੋਰ ਵੀ ਸਭ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਅਤੇ ਹੋਰ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧ ਵਿੱਚ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਇਹ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਤਲਾਹ ਮਿਲੀ ਸੀ ਕਿ ਜਿਹੜਾ ਥਾਣਾ ਸਿਵਲ ਲਾਈਨ ਦੇ ਏਰੀਆ ਵਿੱਚ ਕੋਈ ਮਸਾਜ ਸੈਂਟਰ ਨੇ, ਇਹ ਮਸਾਜ ਸੈਂਟਰ ਦੀ ਆੜ 'ਚ ਬਦਕਾਰੀ ਦਾ ਧੰਦਾ ਕਰਦੇ ਨੇ। ਜੋ ਸੀਨੀਅਰ ਅਫਸਰਾਂ ਦੀ ਹਦਾਇਤਾਂ 'ਤੇ ਅਤੇ ਮੁਖਬਰ ਖਾਸ ਵੱਲੋਂ ਮਿਲੀ ਇਤਲਾਹ 'ਤੇ ਜਿਹੜਾ ਅਸੀਂ ਨਿਗਰਾਨੀ ਰੱਖੀ ਜਾ ਰਹੇ ਸੀ ਅਤੇ ਇੱਥੇ ਜਿਹੜਾ ਕੱਲ੍ਹ 3 ਸਪਾਹ ਸੈਂਟਰਾਂ 'ਤੇ ਵੱਖ ਵੱਖ ਟੀਮਾਂ ਬਣਾ ਕੇ ਰੇਡ ਕੀਤੇ ਗਏ ਨੇ, ਜਿਸ 'ਚ ਕੁੱਲ 13 ਲੜਕੇ ਅਤੇ 12 ਲੜਕੀਆਂ ਜਿਹੜੀਆਂ ਮਸਾਜ ਸੈਂਟਰਾਂ 'ਚ ਇਤਰਾਜ਼ਯੋਗ ਹਾਲਤ 'ਚ ਬਦਕਾਰੀ ਦਾ ਧੰਦਾ ਕਰਦੇ ਹੋਏ ਕਾਬੂ ਕੀਤੇ ਨੇ ਅਤੇ ਇਹਨਾਂ ਦੇ ਖਿਲਾਫ਼ ਅਸੀਂ 3 ਵੱਖ ਵੱਖ ਮੁਕੱਦਮੇ ਦਰਜ ਕੀਤੇ ਨੇ। 13 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਜੀ। ਲੜਕੀਆਂ ਕਿੱਥੋਂ ਆਈਆਂ ਸੀ ਵਿੱਚੋਂ, ਇਹਨਾਂ 'ਚੋਂ ਕਿੰਨੀਆਂ ਵਿਦੇਸ਼ੀ ਲੜਕੀਆਂ ਸੀ, ਕਿੰਨੀਆਂ ਇੰਡੀਅਨ ਸੀ? ਕੁੱਲ 12 ਲੜਕੀਆਂ ਜੀ, ਇਹਨਾਂ ਵਿੱਚ 8 ਲੜਕੀਆਂ ਥਾਈਲੈਂਡ ਦੀਆਂ ਨੇ ਜਿਹੜੀਆਂ ਟੂਰਿਸਟ ਵੀਜ਼ੇ 'ਤੇ ਆਈਆਂ ਨੇ ਅਤੇ ਜਿਹੜਾ ਇੱਥੇ ਵਰਕ ਪਰਮਿਟ ਕਰ ਰਹੀਆਂ ਸੀ, ਅਤੇ ਦੂਜੀਆਂ 4 ਲੜਕੀਆਂ ਜਿਹੜੀਆਂ ਹੈਗੀਆਂ ਨੇ ਇੰਡੀਅਨ। ਇਹਨਾਂ ਦਾ ਸਮਾਂ ਕਿੰਨਾ ਕੁ ਰਹਿ ਗਿਆ ਸੀ ਜੀ ਹੁਣ ਤੱਕ ਵੀਜ਼ੇ ਦਾ? ਇਹਦੇ ਬਾਰੇ ਅਸੀਂ ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ ਪਤਾ ਕਰ ਰਹੇ ਹਾਂ, FRR ਨੂੰ ਚਿੱਠੀ ਲਿਖ ਦਿੱਤੀ ਹੈ। ਕਿੰਨੇ ਚਿਰ ਤੋਂ ਸਾਰਾ ਇਹ ਆ ਗਈਆਂ ਜੀ ਇੱਥੇ? ਇਹ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੀ, ਕੋਈ ਵੱਖ ਵੱਖ ਆ ਗਈਆਂ ਚੱਲ ਗਈਆਂ, ਇੱਦਾਂ ਕਰਕੇ ਮਸਾਜ ਸੈਂਟਰਾਂ ਵਾਲੇ ਲੈ ਕੇ ਆਉਂਦੇ ਨੇ। ਸਪਾ ਸੈਂਟਰਾਂ 'ਤੇ ਕੀ ਕਾਰਵਾਈ ਕੀਤੀ ਉਹਨਾਂ ਦੇ ਮਾਲਕਾਂ ਨੇ? ਇਹਨਾਂ ਦੇ ਮਾਲਕਾਂ ਦੇ ਖਿਲਾਫ਼ ਅਸੀਂ ਮੋਰਲ ਟ੍ਰੈਫਿਕ ਪ੍ਰਵੈਂਸ਼ਨ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਜੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਅੱਜ ਪੇਸ਼ ਅਦਾਲਤ ਕਰ ਰਹੇ ਹਾਂ। ਕਿੰਨੇ ਚਿਰ ਤੋਂ ਸਾਰੇ ਕੰਮ ਕਰ ਰਹੀਆਂ ਜੀ ਇੱਥੇ? ਇਹ ਵੱਖ ਵੱਖ ਸਮੇਂ ਤੋਂ ਕਰ ਰਹੀਆਂ ਨੇ, ਕੁਛ ਚੱਲ ਜਾਂਦੀਆਂ ਕੁਛ ਆ ਜਾਂਦੀਆਂ, ਇਹ ਡਿਟੇਲਾਂ ਦੇ ਲੈ ਰਹੇ ਅਸੀਂ ਆਫਟਰ ਇਨਵੈਸਟੀਗੇਸ਼ਨ ਦੱਸਾਂਗੇ। ਸਰ ਕਿੰਨੇ ਪੈਸੇ ਲਿੱਤੇ ਜਾ ਰਹੇ ਜੀ ਉੱਥੇ? ਇਹ ਵੱਖ ਵੱਖ ਰੇਟ ਨੇ, 1,500, 2,000, 3,000 ਤੱਕ ਗਾਹਕਾਂ ਕੋਲ ਪੈਸੇ ਵਸੂਲਦੇ ਅਤੇ ਬਦਕਾਰੀ ਦਾ ਧੰਦਾ ਕਰਾਉਂਦੇ। ਸਰ ਮੁੰਡੇ ਕਿੰਨੇ ਅਤੇ ਕੁੜੀਆਂ ਕਿੰਨੀਆਂ ਟੋਟਲ? 13 ਲੜਕੇ 12 ਲੜਕੀਆਂ। ਕੀ ਕਾਰਵਾਈ ਕੀਤੀ ਜਾ ਰਹੀ ਹੈ? ਮੋਰਲ ਟ੍ਰੈਫਿਕ ਪ੍ਰਵੈਂਸ਼ਨ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਇਹਨਾਂ ਨੂੰ। ਮੈਂ ਰਾਜੇਸ਼ ਪੁਰੀ, ਪਿਛਲੇ 2-3 ਸਾਲਾਂ ਤੋਂ ਮੇਰੇ ਗੋਡਿਆਂ 'ਚ ਮੈਨੂੰ ਬਹੁਤ ਜ਼ਿਆਦਾ ਦਰਦ ਮਹਿਸੂਸ ਹੁੰਦਾ ਸੀ। ਇੱਕ ਸਾਡਾ ਔਫਿਸ ਵੀ 2nd ਫਲੋਰ 'ਤੇ ਹੈ, 2 ਮੰਜ਼ਿਲ 'ਤੇ, ਅਤੇ ਚੜ੍ਹਨਾ ਉਤਰਨਾ ਮੇਰੇ ਲਈ ਬਹੁਤ ਹੀ ਮੁਸ਼ਕਲ ਹੋ ਗਿਆ ਸੀ। ਸੈਰ ਕਰਨ ਜਾਣਾ, ਮੈਂ ਤਾਂ ਸੈਰ ਕਰਨ ਤੋਂ ਵੀ ਗਿਆ। ਫਿਰ ਮੇਰੇ ਕਿਸੇ ਰਿਸ਼ਤੇਦਾਰ ਨੇ ਮੈਨੂੰ ਇਸ ਬਾਰੇ ਦੱਸਿਆ, ਯਾਨੀ ਕਿ ਫੇਅਰ ਲੀਵ ਬਾਰੇ। ਤੁਸੀਂ ਯਕੀਨ ਮੰਨਿਓ, ਮੈਂ ਪਿਛਲੇ 2-3 ਮਹੀਨਿਆਂ ਤੋਂ ਇਹਦਾ ਇਸਤੇਮਾਲ ਕਰ ਰਿਹਾ ਅਤੇ ਲਗਭਗ 70-80% ਮੇਰਾ ਗੋਡਿਆਂ ਦਾ ਦਰਦ ਬਿਲਕੁਲ ਸਮਾਪਤ ਹੋ ਗਿਆ ਜੀ। ਅਤੇ ਮੈਨੂੰ ਯਕੀਨ ਹੈ ਕਿ ਮੈਂ ਜੇ ਕੁਛ ਮਹੀਨੇ ਇਹਦਾ ਹੋਰ ਇਸਤੇਮਾਲ ਕਰਿਆ ਤਾਂ ਮੇਰਾ ਇਹ ਦਰਦ ਪ੍ਰੋਪਰਲੀ ਬਿਲਕੁਲ 100% ਹੀ ਠੀਕ ਹੋ ਜਾਏਗਾ।